ਦੇਸ਼ ਵਾਸੀਆਂ ਨੂੰ ਮੈਂ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ। ਮੈਂ ਧੰਨਵਾਦੀ ਹਾਂ ਸਾਡੇ ਹੰਬੜਾ ਨਗਰ ਦੇ ਸਾਡੇ ਰਵਿਦਾਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ, ਜਿਹੜੇ ਹਰ ਸਾਲ ਬੜੀ ਅੱਜ ਦੇ ਦਿਨ 'ਤੇ ਵਿਸ਼ਾਲ ਨਗਰ ਕੀਰਤਨ ਕੱਢਦੇ ਆ। ਅਤੇ ਅਚੇਚੇ ਤੌਰ 'ਤੇ ਧੰਨਵਾਦ ਕਰਦਾ ਬਲਵੀਰ ਸਿੰਘ ਜੀ, ਜੋ ਸਾਡੇ ਹੰਬੜਾਂ ਦੇ ਸਰਪੰਚ ਰਹੇ ਨੇ, ਨੰਬਰਦਾਰ ਨੇ। ਉਹ ਹਮੇਸ਼ਾ ਜਦੋਂ ਵੀ ਇੱਥੋਂ ਨਗਰ ਕੀਰਤਨ ਜਾਂਦਾ ਤਾਂ ਇਹ ਆਪਣੇ ਵੱਲੋਂ ਲੰਗਰ ਲਾ ਕੇ ਸੰਗਤਾਂ ਦੀ ਸੇਵਾ ਕਰਦੇ ਆ। ਬਹੁਤ ਵਧੀਆ ਉਪਰਾਲਾ ਵਾ। ਸੋ ਅੱਜ ਦੇ ਦਿਨ 'ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਸ਼੍ਰੀ ਗੁਰੂ ਗੁਰਦਾਸ ਭਗਤ ਜੀ ਦੇ 646ਵੇਂ ਜਨਮ ਦਿਨ 'ਤੇ ਮੈਂ ਪਿੰਡ ਵਾਸੀ, ਇਲਾਕਾ ਨਿਵਾਸੀ ਆ ਸਾਰਿਆਂ ਨੂੰ ਵਧਾਈ ਦਿੰਦਾ ਵਾਂ। ਸਾਨੂੰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਣਾ ਚਾਹੀਦਾ।